ਹਾਂਜੀ ਸਟਾਰਟ ਕਰੋਨਾ ਨੇ ਸਾਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਇਸ ਦਾ ਭਿਆਨਕ ਰੂਪ ਦਿਨੋਂ ਦਿਨ ਵਾਧਦਾ ਨਜ਼ਰ ਆ ਰਿਹਾ ਹੈ ਕਮਾ ਕਰੋਨਾ ਮਹਾਮਾਰੀ ਵਿੱਚ ਰਜਾਨਾ ਜ਼ਿੰਦਗੀ ਤੇ ਇਸ ਭਿਆਨਕ ਵਾਇਰਸ ਦਾ ਅਸਰ ਸ਼ਬਦਾਂ ਵਿੱਚ ਬਿਆਨ ਕਰਨਾ ਹੁਣ ਮੁਸ਼ਕਲ ਜਿਹਾ ਜਾਪਦਾ ਹੈ ਕਾ ਸ਼ਾਇਦ ਹੀ ਕੋਈ ਦੇਸ਼ ਹੋਵੇ ਜੋ ਇਸ ਬਿਮਾਰੀ ਤੋਂ ਅਸ਼ੂਤਾ ਰਿਹਾ ਹੋਵੇ ਡੰਡੀ ਇਸ ਕੋਵਿਡ 19 ਦੇ ਰਜਾਨਾ ਸੈਂਕੜੇ ਮਾਮਲੇ ਸਾਹਮਣੇ ਆਉਣਾ ਅਤੇ ਹਰ ਦਿਨ ਮੌਤਾਂ ਦੇ ਅੰਕੜੇ ਵਧਣਾ ਕਿਸੇ ਵੱਡੇ ਖਤਰੇ ਤੋਂ ਘੱਟ ਨਹੀਂ ਡੰਡੀ ਕਰਫਿਊ ਤੇ ਲੋਕਡਾਊਨ ਦੇ ਦੇਣਾ ਵਿੱਚ ਡਰਦਾ ਕੋਈ ਘਰ ਬਾਹਰ ਨਹੀਂ ਸੀ ਨਿਕਲਦਾ ਅਤੇ ਕਰੋਨਾ ਦਾ ਡਰ ਹਰ ਕਿਸੇ ਦੇ ਅੰਦਰ ਘਰ ਘਰ ਗਿਆ ਸੀ ਪਰ ਲੋਕਾਂ ਦੀਆਂ ਮੁਸ਼ਕਲਾਂ ਅਤੇ ਖਾਸ ਕਰ ਮੱਦ ਵਰਗ ਨਾਲ ਸੰਬੰਧਿਤ ਲੋਕਾਂ ਦਾ ਹਾਲ ਦੇਖ ਕੇ ਸਰਕਾਰਾਂ ਨੂੰ ਟਿਲ ਦੇਣੀ ਹੀ ਪਈ ਪਰ ਉਹਨਾਂ ਦਿਨਾਂ ਤੋਂ फ्रंट लाइन ਤੇ ਕਰੋਨਾ ਜੋਧੇ ਆਪਣੀ ਜਾਨ ਤਲੀ ਤੇ ਰੱਖ ਕੇ ਦਿਨ ਰਾਤ ਸੇਵਾਵਾਂ ਨਿਵਾ ਰਹੇ ਹਨ ਡੰਡੀ ਇਸ ਮਹਾਮਾਰੀ ਦੀ ਰੋਕਥਾਮ ਅਤੇ ਕੰਟਰੋਲ ਲਈ ਸਰਕਾਰਾਂ ਹਰ ਸੰਭਵ ਉਪਰਾਲਾ ਕਰਦੀਆਂ ਨਜ਼ਰ ਆ ਰਹੀਆਂ ਹਨ ਡੰਡੀ ਪੈਰਾ ਇਸ ਵਾਇਰਸ ਨੂੰ ਅੱਗੇ ਵਧਣ ਤੋਂ ਰੋਕਣ ਲਈ ਜਨਤਾ ਨੂੰ ਸੁਚੇਤ ਕਰਨ ਅਤੇ ਯਾਰੀ ਐਡਵਾਈਜ਼ਰੀਆਂ ਦੀ ਪਾਲਣਾ ਕਰਨ ਦੀ ਗੱਲ ਘਰ ਘਰ ਪਹੁੰਚਾਉਣ ਲਈ ਲੋਕ ਸੰਪਰਕ ਵਿਭਾਗ ਅਤੇ ਸਿਹਤ ਵਿਭਾਗ ਦੀ ਮਾਸ ਮੀਡੀਆ ਸ਼ਾਖਾ ਨੇ ਅਹਿਮ ਭੂਮਿਕਾ ਨਿਭਾਈ ਹੈ ਡੰਡੀ ਕਰੋਨਾ ਤੇ ਕਾਬੂ ਪਾਉਣ ਲਈ ਮੈਡੀਕਲ ਪੈਰਾਮੈਡੀਕਲ ਪੁਲਿਸ ਕਰਮਚਾਰੀ ਪત્રਕਾਰ ਅਤੇ ਸਫਾਈ ਸੇਵਕ ਸਮਾਜਿਕ ਦੂਰੀ ਬਣਾ ਕੇ ਰੱਖਣ ਵਾਰ-ਵਾਰ ਹੱਥ ਧੋਣ ਅਤੇ ਮੂੰਹ ਤੇ ਨੱਕ ਕਿਸੇ ਕੱਪੜੇ ਨਾਲ ਡੰਡੀ ਸਟਾਪ